بسم اللہ الرحمن الرحیم السلام علیکم دوستو اے ایک ولائیتی نسل دی گائے ہے جیڑی ਤੁਸੀਂ اپنی سکرین تے دیکھ رہے ہو اج ہی سوئی ہے یہ 24 مارچ 2019 اے دیکھ سکتے ہو ماشاءاللہ ہجے تازہ تازہ سو کے ہٹی ہے اور کسے دوست کول گھر چ کھڑی ہے ڈیرے تے اور دودھ ਤੁਸੀਂ دیکھ سکتے ہو ماشاءاللہ تے اس گائے دا جیڑا ہے تیسرا سوہ پیچھے دے وچھی ہے اور ادھی ادھی ਬੋਲੀ ਚੋਈ ਆ ਜੀ ਉਹ 22 ਤੋਂ 24 ਲੀਟਰ ਬੋਲੀ ਤਕਰੀਬਨ ਇਹਦੀ ਚੋਈ ਆ ਤੇ ਇਸ ਤੋਂ ਇਲਾਵਾ ਇਹਦਾ ਜਿਹੜਾ ਰੋਜ਼ਾਨਾ ਦਾ ਦੁੱਧ ਹੈ ਇਸ ਗਾਏ ਦਾ ਪਠੇ પા ਕੇ ਸਿਰਫ ਸਾਦਾ ਪਠੇ પા ਕੇ ਜਿਹੜਾ ਤਕਰੀਬਨ ਉਹ 22 ਲੀਟਰ 23 ਲੀਟਰ 20 ਲੀਟਰ ਮਤਲਬ ਜਿਦਾ ਕਿਸ ਪਠੇ ਪਾਤੇ ਪਾਏ ਨਾਲ ਆ ਕੇ ਬਗੈਰ ਵੰਡੇ ਤੋਂ ਬਗੈਰ ਕਿਸੇ ਵੀ ਚੀਜ਼ ਤੋਂ ਬਗੈਰ ਤੁਸੀਂ ਦੇਖ ਸਕਦੇ ਹੋ ਕਿਵੇਂ ਲਿਬੜੀ ਤਿਬੜੀ ਪਈ ਆ ਕਿਵੇਂ ਡੇਦੇ ਤੇ ਵੱਜੀ ਹੋਈ ਆ ਫਿਰ ਵੀ 22 23 ਲੀਟਰ ਬੱਛੀ ਨੂੰ ਪਿਆ ਕੇ ਵੀ ਕੋ ਦੋ ਤਿੰਨ ਲੀਟਰ ਜਿਹੜਾ ਦੁੱਧ ਹੈ ਨਾ ਉਹ ਮਾਸ਼ਾਅੱਲਾ ਇਹਦਾ ਇਹਨਾਂ ਦੁੱਧ ਹੋ ਸਕਦਾ ਪਿੱਛੇ ਦੇ ਬੱਛੀ ਆ ਔਰ ਹਵਾਨਾ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਕੋ ਗਲਤ ਹੈ ਨਹੀਂ ਕਿ ਮੁੱਠ 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 ਥਾਣਾ ਜਾਂ ਗਿਠ ਗਿਠ ਥਾਣਾ ਹੈ ਤੇ ਮਾਸ਼ਾਅੱਲਾ ਦੁੱਧੀ ਦੁੱਧਾ ਔਰ ਤੁਸੀਂ ਆ ਕੇ ਦੁੱਧ ਚੋ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਅਗਰ ਕਿਸੇ ਵੀ ਦੋਸਤ ਨੂੰ ਅਗਰ ਇਹ ਪਸੰਦ ਹੋਵੇ ਤੇ ਉਹ ਜ਼ਰੂਰ ਸਾਡਾ ਨੰਬਰ ਤੁਹਾਡੇ ਸਕਰੀਨ ਦੇ ਉੱਪਰ ਹੈ ਇਸੇ ਨੰਬਰ ਦੇ ਉੱਪਰ WhatsApp ਆ ਤੁਸੀਂ WhatsApp ਕਰਕੇ ਵੀ ਸਾਨੂੰ ਅ ਕਾਲ ਕਰਕੇ ਵੀ ਰੇਟ ਕਰ ਸਕਦੇ ਹੋ ਔਰ ਚੋਕੇ ਆ ਕੇ ਦੋ ਦਫਾ ਚੋਵੋ ਤਿੰਨ ਦਫਾ ਚੋਵੋ ਤੇ ਤੁਸੀਂ ਇਹਨੂੰ ਲਿਜਾ ਸਕਦੇ ਹੋ ਤੇ ਇਨਸ਼ਾਅੱਲਾ ਬੜਾ ਦੁੱਧ ਦਾ ਬਗੈਰ ਸਿੰਗਾ ਤੋਂ ਗਾਏ ਆ ਦੇਖ ਸਕਦੇ ਹੋ ਬਿਲਕੁਲ ਸਿੰਗ ਨਹੀਂ ਹੈਗੇ ਇਹਦੇ ਔਰ ਖੂਬਸੂਰਤ ਵੀ ਆ तकरीबन ਹਲਕੇ ਬਲੈਕ ਕਲਰ ਦੇ ਵਿੱਚ ਆ ਪਿੱਛੇ ਦੇ ਫਿਰ ਵੱਛੀ ਆ ਅਗਰ ਅੱਜ ਹੀ ਸੁਈ ਅਗਰ ਕਿਸੇ ਵੀ ਦੋਸਤ ਨੂੰ ਇਹ ਚਾਹੀਦੀ ਹੋਵੇ ਤੇ ਉਹ ਸਾਡੇ ਇਸ ਨੰਬਰ ਤੇ ਤਾਪਤਾ ਕਰ ਸਕਦਾ ਤੇ ਦੂਸਰਾ ਸਭ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ। ਔਰ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਜਿਹੜੀ ਨਵੀਂ ਵੀਡੀਓ ਆ ਸਭ ਤੋਂ ਪਹਿਲੇ ਤੁਹਾਨੂੰ ਮਿਲ ਸਕੇ। ਤੇ ਸਾਡੀ ਇਸ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਦੇ ਨਾਲ ਫੇਸਬੁੱਕ, ਵਟਸਐਪ ਔਰ ਟਵਿੱਟਰ ਅਕਾਊਂਟ ਦੇ ਉੱਪਰ ਲਾਜ਼ਮੀ ਸ਼ੇਅਰ ਕਰੋ ਤਾਂ ਕਿ ਸਾਡਾ ਜਿਹੜਾ ਮੈਸੇਜ ਆ ਪੈਗਾਮ ਆ ਉਹ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨੂੰ ਮਿਲ ਸਕੇ। ਤੇ ਦੋਸਤੋ ਇਹਦੀ ਕੀਮਤ ਆ ਅਗਰ ਗਾਇ ਮਸ਼ਾਅੱਲਾ ਦੁੱਧ ਅੱਛਾ ਵਾ ਗਾਇ ਅੱਛੀ ਨਸਲ ਦੀ ਆ ਤੁਸੀਂ ਦੇਖ ਰਹੇ ਹੋ ਪਿੱਛੇ ਵੀ ਇਹਦੇ ਬੱਚੀ ਆ ਤੀਸਰਾ ਸੂਆ ਬਿਲਕੁਲ ਜਵਾਨ ਗਾਇ ਆ ਤੇ ਇਹਦੀ ਕੀਮਤ ਵੀ ਥੋੜੀ ਜਿਹੀ ਹੈਵੀ ਆ ਲੇਕਿਨ ਉਹ ਹੀ ਦੋਸਤ ਟੱਚ ਕਰਨ ਜਿਹਨਾਂ ਇਹਦੇ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਦੁੱਧ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ ਕਾਫੀ ਦੋਸਤਾਂ ਨੇ ਮੈਨੂੰ ਇਸ ਬਾਰੇ ਵਿੱਚ ਪਿਆ ਵੀ ਅਕਤਾਰ ਗਵਾਈ ਤੁਸੀਂ ਜਿਹੜੀਆਂ ਉਹ ਸੰਦ ਦਿਖਾਉਂਦੇ ਹੋ 8 ਲੀਟਰ ਵਾਲੀ 10 ਲੀਟਰ ਵਾਲੀ ਜਾਂ 12 ਲੀਟਰ ਵਾਲੀ ਤੇ ਐਸੀ ਇਨਸ਼ਾਅੱਲਾ ਤੁਹਾਨੂੰ ਹੁਣ ਅੱਛੇ-ਅੱਛੇ ਫਰੀਜ਼ ਹਨ ਆਸਟ੍ਰੇਲੀਅਨ ਕਿਉਂਕਿ ਜਿਹੜੀ ਫਾਰ ਸੇਲ ਹੁੰਦੀ ਐ ਸੀ ਉਹੀ ਦੇਖੀ ਦੀ ਆ ਇਹਦੇ ਵਿੱਚ ਜਿਹੜੀ ਖੜੀ ਏ ਗਾਇ ਐ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਇਹ ਸੂਣ ਲੱਗੀ ਬਿਲਕੁਲ ਬੈਠਿਆ ਨਹੀਂ ਸੀ ਜਾ ਰਿਹਾ ਔਰ ਇੰਨਾ ਮਾਸ਼ਾਅੱਲਾ ਦੁੱਧ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਲੋ